ਹਾਂ ਜੀ ਸਿਸ ਗੱਲ ਜੀ ਸਾਰਿਆਂ ਨੂੰ 2500 ਪੈਨਸ਼ਨ ਦੇ ਵੱਡੀ ਖੁਸ਼ਖਬਰੀ ਤੁਹਾਡੇ ਵਾਸਤੇ ਨਿਕਲ ਕੇ ਆ ਚੁੱਕੀ ਹੈ ਜੀ ਅਗਲੇ ਮਹੀਨੇ ਵਿੱਚ ਕਿੰਨੀ ਪੈਨਸ਼ਨ ਪਾਈ ਜਾਏਗੀ 2500 1500 ਸਾਰੀ ਡਿਟੇਲ ਜਾਣਕਾਰੀ ਤੁਹਾਨੂੰ ਸਾਂਝੀ ਕਰਨ ਜਾ ਰਿਹਾ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਉੱਤੇ ਪਹਿਲੀ ਵਾਰ ਆਏ ਹਨ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਤਾਂ ਜੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਤੁਹਾਨੂੰ ਹਰ ਰੋਜ਼ ਦੇਖਣ ਨੂੰ ਮਿਲਦੀਆਂ ਰਹਿਣ हां जी दोस्तों सब तो पहले गल गल लेने जी अगले महीने तानू कितनी पेंशन आएगी 1500 रुपया पेंशन आएगी या 2500 आएगी सारी डिटेल जानकारी तन्ना सांझी करने जा रहे हैं उससे पहले गल कर लिए कि ਤੁਸੀਂ ਆਪਣੀ ਪੈਨਸ਼ਨ ਜਿਹੜੀ ਆ ਉਹ ਕੌਣ-ਕੌਣ ਅਪਲਾਈ ਕਰ ਸਕਦਾ ਹੈ ਤੇ ਕਿਵੇਂ ਅਪਲਾਈ ਕਰ ਸਕਦਾ ਹੈ ਤੇ ਪੈਨਸ਼ਨ ਤੁਹਾਨੂੰ ਦੱਸਤੀ ਹੈ ਕਿ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਆ ਉਹ ਆਪਣੀ ਪੈਨਸ਼ਨ ਅਪਲਾਈ ਕਰ ਸਕਦੇ ਹੋ ਜੀ ਤੇ ਇਹਦੇ ਵਿੱਚ ਜਿਹਨ ਜਿਹੜੇ ਸਰਕਾਰੀ ਮੁਲਾਜ਼ਮ ਰਟਾਇਰ ਹੋਏ ਹਨ ਉਹ ਆਪਣੀ ਪੈਨਸ਼ਨ ਲਈ ਅਪਲਾਈ ਕਰ ਸਕਦੇ ਉਸ ਤੋਂ ਇਲਾਵਾ ਜਿਹੜੇ ਦਿਹਾੜੀ ਤਪੇ ਵਾਲੇ ਮਜ਼ਦੂਰ ਲੋਕ ਹਨ ਉਹ ਆਪਣੀਆਂ ਪੈਨਸ਼ਨ ਅਪਲਾਈ ਕਰ ਸਕਦੇ ਹਨ ਤੇ ਦੂਜੀ ਗੱਲ ਹੈ ਕਿ ਆਪਣੀ ਪੈਨਸ਼ਨ ਤੁਸੀਂ ਆਪਣੇ ਵੈਲਫੇਅਰ ਦਫ਼ਤਰ ਵਿੱਚ ਜਾ ਕੇ ਅਪਲਾਈ ਕਰ ਸਕਦੇ ਆ ਜਿਨ੍ਹਾਂ ਨੂੰ ਲੋਕ ਭਲਾਈ ਦਫ਼ਤਰ ਗਿਆ ਜਾਂਦਾ ਉੱਥੇ ਜਾ ਕੇ ਤੁਸੀਂ ਆਪਣੀ ਫਾਈਲ ਤਿਆਰ ਕਰਵਾ ਕੇ ਆਪਣੀ ਪੈਨਸ਼ਨ ਅਪਲਾਈ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਡਾ ਆਧਾਰ ਕਾਰਡ ਬੈਂਕ ਖਾਤੇ ਦੀ ਕਾਪੀ ਪਾਸਵਰਡ ਸਾਈ ਰਿਫੋਟਵਾ ਲਗਦੇ ਹਨ ਇਹ ਸਾਰੇ ਡਾਕੂਮੈਂਟ ਲਗਦੇ ਆ ਇਹ ਸਭ ਪੜ ਕੇ ਤੁਸੀਂ ਆਪਣੀ ਫਾਈਲ ਉੱਥੇ ਜਮ੍ਹਾਂ ਕਰਵਾ ਦੇਣੀ ਹੈ ਉਸ ਤੋਂ ਬਾਅਦ ਤੁਹਾਡਾ ਜਿਹੜਾ ਪੈਨਸ਼ਨ ਕਾਰਡ ਬਣ ਕੇ ਆਣਾ ਜਿਸ ਨੂੰ ਤੁਸੀਂ ਆਪਣੇ ਬੈਂਕ account ਨਾਲ ਲਿੰਕ ਕਰਵਾ ਕੇ ਜਿਹੜਾ ਆਪਣੀ ਪੈਨਸ਼ਨ ਲੈ ਸਕਦੇ ਹੋ ਹੁਣ ਗੱਲ ਕਰ ਲਈਏ ਕਿ ਅਗਲੇ ਮਹੀਨੇ ਤੁਹਾਡੀ ਕਿੰਨੀ ਪੈਨਸ਼ਨ ਆਏਗੀ ਪੰਚੇ ਤੁਹਾਡੀ ਜਿਹੜੀ ਹਜੇ ਤੱਕ ਪੰਜਾਬ ਸਰਕਾਰ ਵੱਲੋਂ 1500 ਰੁਪਏ ਪੈਨਸ਼ਨ ਨਹੀਂ ਪਾਈ ਜਾ ਰਹੀ ਹੈ ਜੋ ਕਿ ਬਹੁਤ ਜਲਦ ਉਸ ਨੂੰ ਵਧਾ ਕੇ 2500 ਕਰ ਦੇਣ ਵਾਲੀ ਹੈ ਜਦੋਂ ਵੀ ਇਸ ਦੀ ਕੋਈ ਵੀ ਅਪਡੇਟ ਆਂਦੀ ਹੈ ਜਾਂ ਇਸ ਨੂੰ ਕਿਵੇਂ ਅਪਲਾਈ ਕਰਨਾ ਹੋਏਗਾ ਸਾਰੀ ਜਾਣਕਾਰੀ ਕੋਈ ਵੀ ਨਿਕਲਦੀ ਹੈ ਉਸ ਦੀ ਜਾਣਕਾਰੀ ਤੁਹਾਨੂੰ ਇਸੇ ਚੈਨਲ ਉੱਤੇ ਪ੍ਰੋਵਾਈਡ ਕਰ ਦਿੱਤੀ ਜਾਏਗੀ ਮਿਲਦੇ ਆ ਨਵੀਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸੂਸੀ ਗਾਲ ਜੀ